अज मैं अपने पिंड फतेहगढ़ साहब किलासर हरनाम सिंह तो आपका दास सिमरनजीत सिंह मान मिति 19 अगस्त न कुछ विचार सामने रखने कौम दे। दिल्ली की हाई कोर्ट के एक गैर सिख ने पटिशन पाई है कि जिहड़ी साडी कुरबान हैगी है छोटी इस नूं असी जो हवाई जहाज के उत्ते सफर करांगे इस दे उत्ते रोक लाई जावे, क्यों करके उस वकील ने कहा है कि यह शस्त्र है ते इहदे विच गलत इस्तेमाल हो सकदा है। सिखां दे उत्ते बहुत भारी जबर होया, तुहानूं पता है 1999 दे विच मैनूं सिख कौम ने फतवा दित्ता सीगा कि मैं पार्लीमेंट दे विच जाके सिखां दे उत्ते जो जुल्म ते नसलकुशी हुई है उहदे बारे लड़ा बोलां और काम करां। पर जिहड़ी साडा संविधान है इंडिया दा उहदी दफा 25 दे विच लिखिआ है कि अ सिख कैन वेयर द कृपान, असीं पहन भी सकदे हां ते वड्डी कृपान असीं रख भी सकदे हां। ਇਹ ਹੁਣ ਕੌਨਸਟੀਟਿਊਸ਼ਨਲ ਹੱਕ ਹੈ ਸਾਡਾ ਅਤੇ ਇਹੋ ਜਿਹੀ ਵੱਧ ਗਿਣਤੀ ਜਿਸ ਨੇ ਸੈਂਟਰ ਦੇ ਵਿੱਚ ਕੋਈ ਸਾਨੂੰ ਕੈਬਨਿਟ ਦਾ ਪੋਸਟ ਨਹੀਂ ਦਿੱਤਾ, ਕੋਈ ਸਿੱਖ ਗਵਰਨਰ ਨਹੀਂ, ਕੋਈ ਆਰਮੀ ਕਮਾਂਡਰ ਸਿੱਖ ਹੈ ਨਹੀਂ, ਕੋਈ ਸੁਪਰੀਮ ਕੋਰਟ ਦੇ ਵਿੱਚ ਸਿੱਖ ਜੱਜ ਹੈ ਨਹੀਂ। ਹੁਣ 11 ਜੱਜ ਹਾਈ ਕੋਰਟ ਦੇ ਪਰਸੋਂ ਚੌਥੇ ਬਣਾਏ ਹੈ, ਉਹਨਾਂ ਦੇ ਵਿੱਚੋਂ ਵੀ ਕੋਈ ਸਿੱਖ ਨਹੀਂ। ਅਤੇ ਮੈਨੂੰ ਸਮਝ ਨਹੀਂ ਲੱਗਦੀ ਕਿ ਇਸ ਸੱਜਣ ਨੂੰ ਕੀ ਸੁਝਿਆ ਕਿ ਹਾਈ ਕੋਰਟ ਦੇ ਵਿੱਚ ਇਸ ਨੂੰ ਚੁਣੌਤੀ ਦੇਈਏ ਕਿ ਕਿਰਪਾਨ ਕਿਉਂ ਨਹੀਂ ਰੋਕਣੀ ਚਾਹੀਦੀ। ਹੁਣ ਗੱਲ ਇਹ ਹੈ ਕਿ ਜੇ ਆਪਾਂ ਇਹੋ ਜਿਹੀ ਮਤਸਵੀ ਗੱਲ ਕਰਾਂਗੇ, ਮੈਂ ਕਹੂੰਗਾ ਕਿ ਜਿਹੜੇ ਹਿੰਦੂ ਸਾਡੇ ਭਰਾ ਜਨੇਊ ਪਹਿਨਦੇ ਹੈ, ਜਿਹਦੇ ਪਿੱਛੇ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਨਾਨਕ ਸਾਹਿਬ ਨੇ ਤਾਂ ਜਨੇਊ ਬਿਲਕੁਲ ਸਦਾ ਦੇ ਲਈ ਛੱਡਤਾ ਸੀ ਪਰ ਉਹਦੀ ਰੱਖਿਆ ਦੇ ਲਈ ਆਪਣੀ ਸ਼ਹਾਦਤ ਦਿੱਤੀ ਹੈ। ਜਨੇਊ ਦੀ ਗੱਲ ਕਰੀਏ ਤੇ ਜਨੇਊ ਵੀ ਇਹ ਕਿਉਂ ਜਾਏ ਹਵਾਈ ਜਹਾਜ਼ਾਂ ਦੇ ਵਿੱਚ, ਕਿਉਂ ਕਰਕੇ ਜਿਹੜਾ ਡੋਰ ਚੀਨੀਆਂ ਦੀ ਹੈ, ਜੇ ਉਹਦਾ ਜਨੇਊ ਕੋਈ ਪਹਿਣ ਕੇ ਚੱਲਿਆ ਜਾਊਗਾ ਉਹ ਤਾਂ ਕਿਸੇ ਦਾ ਗਲ ਵੀ ਵੱਢ ਸਕਦਾ ਹੈ, ਜ਼ਖਮ ਵੀ ਕਰ ਸਕਦਾ ਹੈ, ਉਹ ਡਰਾ ਵੀ ਸਕਦਾ ਹੈ, ਹਾਈਜੈਕ ਵੀ ਕਰ ਸਕਦਾ ਕਿ ਜੇ ਮੈਂ ਇਹ ਚੀਨ ਦਾ ਧਾਗਾ ਡੋਰ ਖਿੱਚਦੀ ਅਤੇ ਗਰਦਨ ਲੈ ਜੂਗੀ। ਤਾਂ ਇਸ ਤਰ੍ਹਾਂ ਦੀ ਗੱਲ ਜਿਹੜੀ ਕਰਨੀ ਹੈ ਇਹ ਤਾਂ ਮੈਨੂੰ ਬਤੌਰ ਸਿੱਖ ਹੋਣ ਦੇ ਅਤੇ ਤੁਹਾਡਾ ਮੈਂਬਰ ਪਾਰਲੀਮੈਂਟ ਹੋਣ ਦੇ ਮਨਜ਼ੂਰ ਨਹੀਂ ਹੈ। ਇਹਦੇ ਨਾਲ ਤੋੜ ਭੰਨ ਬਿਲਕੁਲ ਹੋ ਜੂਗੀ ਜੇ ਹਾਈਕੋਰਟ ਨੇ ਇਹੋ ਜਿਹਾ ਫੈਸਲਾ ਕਰਤਾ ਕਿ ਸਿੱਖ ਆਪਣੀ ਕਿਰਪਾਨ ਨਹੀਂ ਪਹਿਨ ਸਕਦੇ ਹੈਗੇ। ਪਹਿਲਾਂ ਮੈਨੂੰ ਪਾਰਲੀਮੈਂਟ 'ਚ ਨਹੀਂ ਜਾਣ ਦਿੱਤਾ ਹੈਗਾ ਮੇਰਾ ਹੱਕ ਜਿਹੜਾ ਸੰਵਿਧਾਨ ਦੀ 25 ਧਾਰਾ ਦੇ ਵਿੱਚ ਲਿਖਿਆ ਹੋਇਆ। ਹੁਣ ਕੀ ਸਿੱਖ ਜੇ ਸਫ਼ਰ ਕਰ ਰਹੇ ਹੈ ਉਹ ਕਿਰਪਾਨ ਨਹੀਂ ਪਹਿਨ ਸਕਦੇ, ਜਿਸ ਕਰਕੇ ਇਹਦੇ ਨਾਲ ਖਤਰਾ ਹੋ ਸਕਦਾ। ਫਿਰ ਜਨੇਊ ਜਿਹਨੇ ਸ਼ਰਾਰਤ ਕਰਨੀ ਹੈ ਉਹ ਚੀਨ ਦੀ ਡੋਰ ਦਾ ਧਾਗਾ ਜਨੇਊ ਬਣਾ ਕੇ ਪਹਿਨ ਕੇ ਚੱਲਿਆ ਜਾਵੇ ਤਾਂ ਉਹ ਵੀ ਤਾਂ ਬਹੁਤ ਖਤਰਨਾਕ ਹੈ। ਅਤੇ ਫੈਸਲਾ ਹੋਣਾ ਚਾਹੀਦਾ ਜੇ ਸਿੱਖਾਂ ਦੀ ਕਿਰਪਾਨ ਲਾਉਣੀ ਹੈ ਤਾਂ ਜਨੇਊ ਵੀ ਨਾਲ ਲੱਥੂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।